Bas bas. Meeting with the Home Minister, even as the meeting is going on, the farmers and the government, what do you tell the Home Minister? Do you want the farm law bills to be? Look, that is a discussion between the government and the farmers and Vigyan Bhavan. It's nothing to do with me. It is for them to resolve. I only came to see the Home Minister to reiterate our position and to also make a request to him and to our farmers, which I make to you, that we must resolve this issue soon, because this affects the economy of my state and also the security of the nation. Captain sir, ਗ੍ਰਹਿ ਮੰਤਰੀ ਸਾਹਿਬ ਦੇ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਆ, ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਿਸਾਨ ਅੰਦੋਲਨ ਬਾਰੇ ਉਹਨਾਂ ਨੇ ਕੀ ਤੁਹਾਡੇ ਨਾਲ? ਮੈਂ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਹਾਂ ਕਿ ਮੈਂ ਗ੍ਰਹਿ ਮੰਤਰੀ ਸਾਹਿਬ ਨਾਲ ਸਿਰਫ ਇੰਨਾ ਕਹਿਣ ਆਇਆ ਕਿ ਜੋ ਸਾਡੀ ਪੋਜੀਸ਼ਨ ਹੈ ਪੰਜਾਬ ਦੇ ਵਿੱਚ, ਉਹਨੂੰ ਮੈਂ ਦੁਹਰਾਈ ਹੈ ਉਹਨਾਂ ਨੇ ਦੇ ਕੋਲ, ਔਰ ਨਾਲੇ ਮੈਂ ਉਹਨਾਂ ਨੂੰ ਕਿਹਾ ਕਿ ਇਹਦਾ ਕੋਈ ਹੱਲ ਨਿਕਲਣਾ ਚਾਹੀਦਾ ਜਲਦੀ, ਅਤੇ ਉਹਨਾਂ ਨੂੰ ਅਪੀਲ ਕੀਤੀ ਹੈ ਔਰ ਆਪ ਦੇ ਰਾਹੀਂ ਮੈਂ ਅਪੀਲ ਕਰ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਵੀ, ਇਹਦਾ ਹੱਲ ਆਪਾਂ ਜਲਦੀ ਕੱਢੀਏ, ਕਿਉਂਕਿ ਪੰਜਾਬ ਦੀ ਆਰਥਿਕਤਾ 'ਤੇ ਵੀ ਅਸਰ ਪੈ ਰਿਹਾ ਔਰ ਨੈਸ਼ਨਲ ਸਿਕਿਉਰਿਟੀ 'ਤੇ ਵੀ ਅਸਰ ਪੈ ਰਿਹਾ। ਕੈਪਟਨ ਸਾਹਿਬ, ਇੱਕ ਸਵਾਲ ਇਹ ਆ ਰਿਹਾ ਕਿ ਤੁਹਾਨੂੰ ਬਹੁਤ ਦੇਰ ਬਾਅਦ ਸੱਦਿਆ ਗਿਆ ਇੱਥੇ। ਡੂ ਯੂ ਵਾਂਟ ਦ ਫਾਰਮ ਬਿਲਸ ਟੂ ਬੀ ਟੇਕਨ ਬੈਕ ਬਿਕਾਜ਼ ਦੈਟਸ ਵਾਟ ਦ ਫਾਰਮਰਸ ਆਰ ਪ੍ਰੋਟੈਸਟਿੰਗ ਅਬਾਊਟ। ਇਟ ਇਜ਼ ਨਾਟ ਫॉर ਮੀ ਟੂ ਸੇ ਦਿਸ। ਵੀ ਹੈਵ ਰੀਟਰੇਟਡ ਆਰ ਪੋਜੀਸ਼ਨ ਵਾਟ ਪੰਜਾਬ ਸਟੈਂਡਸ ਫॉर, ਐਂਡ ਨਾਓ ਇਟ ਇਜ਼ ਡਿਸਕਸ਼ਨ ਇਜ਼ ਗੋਇੰਗ ਔਨ ਬੀਟਵੀਨ ਗਵਰਨਮੈਂਟ ਆਫ ਇੰਡੀਆ ਐਂਡ ਦ ਫਾਰਮਰਸ।